ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ। ਹਿੰਮਤ ਸੱਚ ਦਿਖਾਉਣ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਹੈ। ਨਹਿਰਾਂ ਦੇ ਪਾਣੀ ਨੂੰ ਪਿੰਡਾਂ ਦੀਆਂ ਟੇਲਾਂ ਤੱਕ ਪਹੁੰਚਾ ਦਿੱਤਾ। ਇਹ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪਿੰਡ ਕੋਟਲਾ ਬਜਵਾੜਾ ਵਿਖੇ ਨਹਿਰੀ ਪਾਣੀ ਨੂੰ ਪੈਪ ਲਾਈਨ ਦੇ ਰਾਹੀਂ ਵੱਖ ਵੱਖ ਪਿੰਡਾਂ ਤੱਕ ਪਹੁੰਚਾਉਣ ਲਈ ਨੀਂਹ ਪੱਥਰ ਰੱਖਦਿਆਂ ਕੀਤਾ। ਉਹਨਾਂ ਕਿਹਾ ਕਿ ਇਸ ਕਾਰਜ ਦੇ ਸ਼ੁਰੂ ਹੋਣ ਦੇ ਨਾਲ ਪਿੰਡ ਰਾਏਪੁਰ ਕੋਟੜਾ ਬਜਵਾੜਾ ਅਤੇ ਮੀਰਪੁਰ ਦੀ ਕਰੀਬ 596 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਮਿਲੇਗਾ। ਉਹਨਾਂ ਕਿਹਾ ਕਿ ਸਾਡੇ ਕੋਲ ਪਾਣੀ ਸਭ ਤੋਂ ਜ਼ਿਆਦਾ ਹੈ, ਪਰੰਤੂ ਦੂਸਰੇ ਸੂਬੇ ਨਹਿਰੀ ਪਾਣੀ ਦੀ ਵਰਤੋਂ ਜ਼ਿਆਦਾ ਕਰਦੇ ਹਨ, ਕਿਉਂਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਕਾਰਜ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸੁਪਨਾ ਹੈ ਕਿ ਸੂਬੇ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਹੈ। ਉਸ ਦੇ ਤਿੱਤ ਹੀ ਹਰ ਖੇਤਰ ਦੇ ਵਿੱਚ ਜੰਗੀ ਪੱਧਰ ਉੱਤੇ ਕੰਮ ਹੋ ਰਿਹਾ ਹੈ। ਨਹਿਰੀ ਪਾਣੀ ਨੂੰ ਪਿੰਡਾਂ ਤੱਕ ਪਹੁੰਚਾਉਣ ਦੇ ਲਈ ਨਵੇਂ ਸੂਏ ਬਣਾਏ ਜਾ ਰਹੇ ਹਨ ਅਤੇ ਪਾਈਪ ਲਾਈਨਾਂ ਦੇ ਰਾਹੀਂ ਪਿੰਡਾਂ ਦੀਆਂ ਟੇਲਾਂ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਕਾਰਜ ਨੂੰ ਪੂਰਾ ਕਰਨ ਦੇ ਲਈ ਕਰੀਬ 125 ਕਰੋੜ ਰੁਪਿਆ ਖਰਚਾ ਆਵੇਗਾ। ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਖਾਸ ਰਿਪੋਰਟ। ਸਭ ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ, ਜਿਨ੍ਹਾਂ ਦੀ ਯੋਗ ਅਗਵਾਈ ਹੇਠ ਜੋ ਉਹਨਾਂ ਦਾ ਸੁਪਨਾ ਹੈ ਕਿ ਜਿਹੜਾ ਸਾਡਾ ਖੇਤੀਬਾੜੀ ਹੈ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਅਸੀਂ ਨਹਿਰੀ ਪਾਣੀ ਦੇ ਸਕੀਏ, ਉਹਦੇ ਤਹਿਤ ਅੱਜ 3 ਪਿੰਡ ਕੋਟਲਾ ਬਜਵਾੜਾ, ਮੀਰਪੁਰ ਔਰ ਰਾਏਪੁਰ, ਇਹ 3 ਪਿੰਡ ਹੈ ਜਿਹਦੇ ਵਿੱਚ 636 ਏਕੜ ਜਿਹੜੀ ਜ਼ਮੀਨ ਹੈ, ਜਿਹੜੇ ਖੇਤ ਨੇ 636 ਏਕੜ ਹੈ ਜਿਹੜਾ, ਉਹਨੂੰ ਇਹ ਨਹਿਰੀ ਪਾਣੀ ਮਿਲੂਗਾ। 16 ਇੰਚੀ ਅਸੀਂ ਪੈਪ ਪਾ ਕੇ ਉਹਨਾਂ ਨੂੰ ਇਹ ਜਿਹੜੀ ਸਹੂਲਤ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਾ ਰਹੇ ਹਾਂ। ਮਾਨਯੋਗ ਸਾਡੇ ਮੰਤਰੀ ਜੋੜਾ ਮਾਜਰਾ ਜੀ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਇਲਾਕੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਨੂੰ ਪਹਿਲ ਦਿੱਤੀ ਹੈ। ਸਾਡੇ ਕਿਸਾਨਾਂ ਨੂੰ ਜਿੱਥੇ ਫਾਇਦਾ ਹੋਊਗਾ ਉੱਥੇ ਸਾਡੇ ਪੰਜਾਬ ਨੂੰ ਬਿਜਲੀ ਦੀ ਵੀ ਬੱਚਤ ਹੋਊਗੀ, ਕਿਉਂਕਿ ਜਿਹੜਾ ਬਿਜਲੀ 'ਤੇ ਪੰਜਾਬ ਸਰਕਾਰ ਦਾ ਔਰ ਸਾਡੇ ਸਾਰਿਆਂ ਦਾ ਬਹੁਤ ਖਰਚ ਹੁੰਦਾ। ਸੋ ਮਾਨ ਸਾਹਿਬ ਨੇ ਤੁਹਾਨੂੰ ਯਾਦ ਹੋਣਾ ਕਿਹਾ ਸੀ ਕਿ ਜਿਹੜਾ ਪੰਜਾਬ ਦਾ ਪਾਣੀ ਹੈ ਅਸੀਂ 48% ਸਿੰਚਾਈ ਲਈ ਯੂਜ਼ ਕਰਦੇ ਹਾਂ ਕੁਦਰਤੀ ਪਾਣੀ। ਜਿਹੜੇ ਸਾਡੇ ਹੋਰ ਸਟੇਟ ਹੈ, ਚਾਹੇ ਉਹ ਹਰਿਆਣਾ ਲਾ ਲਓ, ਚਾਹੇ ਉਹ ਈਵਨ ਰਾਜਸਥਾਨ ਲੈ ਲਓ, ਉਹ ਵੀ 88% ਯੂਜ਼ ਕਰਦੇ ਆ। ਸਰਕਾਰਾਂ ਨੇ ਕਦੇ ਧਿਆਨ ਨਹੀਂ ਦਿੱਤਾ। ਹੁਣ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਚੇਚੇ ਤੌਰ 'ਤੇ ਇਸ ਵੱਲ ਧਿਆਨ ਦੇ ਰਹੇ ਆ। ਤੁਸੀਂ ਦੇਖਣਾ ਕਿ 600 ਏਕੜ ਤੋਂ ਉੱਪਰ ਜਿਹੜੇ ਕਿਸਾਨ ਹੈ, ਜਿਨ੍ਹਾਂ ਦੀ ਇਹ ਜ਼ਮੀਨ ਹੈ, ਉਹਨਾਂ ਨੂੰ ਹੁਣ ਜਿਹੜੀ ਸਿੰਚਾਈ ਹੈ, ਜਿਹੜੀ ਚਾਹੇ ਉਹ ਕੋਈ ਫਸਲ ਹੈ, ਜੀਰੀ ਦੀ ਹੈ, ਕਣਕ ਦੀ ਹੈ, ਉਹ ਸਾਰੀ ਕੁਦਰਤੀ ਪਾਣੀ ਨਾਲ ਹੋਊਗੀ। ਸੋ ਬਹੁਤ ਬਹੁਤ ਸਾਡੇ ਇਲਾਕੇ ਨੂੰ ਇਹਦੇ ਨਾਲ ਸਹੂਲਤ ਮਿਲ ਜਾ ਰਹੀ ਹੈ, ਹੋਰ ਵੀ ਪਿੰਡਾਂ 'ਚ ਅਸੀਂ ਇਹ ਸਹੂਲਤ ਪਹੁੰਚਾ ਰਹੇ ਹਾਂ। ਪੰਜਾਬ ਸਰਕਾਰ ਦਾ ਜਿਹੜਾ ਸੁਪਨਾ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਉਹਦੇ ਤਹਿਤ ਇਹ ਜਿਹੜੇ ਕਾਰਜ ਹੋ ਰਹੇ ਨੇ। ਕਿੰਨੇ ਕੁ ਲੱਖ ਦੀ ਲੱਗ ਰਹੀ ਹੈ? ਇਹ 1 ਕਰੋੜ ਤੋਂ ਉੱਪਰ, 1 ਕਰੋੜ ਤੋਂ 1.25 ਕਰੋੜ ਦੇ ਵਿੱਚ ਜਿਹੜੀ ਇਹਦੇ 'ਤੇ ਲਾਗਤ ਆਉਂਦੀ ਹੈ।